ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਤੁਹਾਡਾ ਵੈਲ ਮਲਕੀਤ ਤੁਹਾਡਾ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਜਵੰਦਾ ਆਯੁਰਵੇਦ ਤੇ ਅੱਜ ਤੁਹਾਨੂੰ ਆਪਾਂ ਦਿਖਾਉਣ ਜਾ ਰਹੇ ਹਾਂ ਇਹ ਗੋਲੀਆਂ ਕਾਫੀ ਵੀਰਾਂ ਦੇ ਕਮੈਂਟ ਆਏ ਸੀ ਤੇ WhatsApp ਤੇ ਮੈਸੇਜ ਆਏ ਸੀ ਵੀ ਵੀਰਜ ਨੂੰ ਘਾੜਾ ਕਰਨ ਵਾਲੀ ਕੋਈ ਐਦਾਂ ਦੀ ਮੈਡੀਸਨ ਦੱਸੋ ਆਪਾਸਮਾ ਪਿਸਟੀਆਂ ਨਾਲ ਬਣੀ ਹੋਵੇ ਤੇ ਗਰਮੀ ਵੀ ਨਾ ਕਰੇ ਕਿਹਿਆਂ ਨੂੰ ਵੀਰਜ ਦੇ ਵਿੱਚ ਜਦੋਂ ਟੈਸਟ ਕਰਵਾਉਂਦੇ ਆ ਸਪਰਮ ਕਾਉਂਟ ਟੈਸਟ ਕਰਵਾਉਂਦੇ ਆ বীরਜ ਦੇ ਵਿੱਚ ਕੀ ਹੁੰਦਾ ਪਾਸ ਸੈੱਲ ਆਉਣ ਲੱਗ ਜਾਂਦੇ ਆ ਪੀਕ ਦੇ ਕਣ ਆਉਣ ਲੱਗ ਜਾਂਦੇ ਆ ਫਿਰ ਉਹ ਪੀਕ ਦੇ ਕਣ ਜਦੋਂ ਤੁਸੀਂ ਸੰਭੋਗ ਕਰਦੇ ਹੋ ਕਈ ਵੀਰ ਬੱਚਾ ਕਰਨ ਪੈਦਾ ਕਰਨ ਦੀ ਟਰਾਈ ਕਰਦੇ ਨੇ ਉਹ ਨਹੀਂ ਹੁੰਦਾ ਅ ਨਹੀਂ ਠਹਿਰਦਾ ਬੱਚਾ ਲੇਡੀਜ਼ ਨੂੰ ਬੜੀਆਂ ਮੁਸ਼ਕਲਾਂ ਆਉਂਦੀਆਂ ਨੇ ਕਈ ਵੀਰਾਂ ਦੇ ਸਪਰਮ ਕਾਉਂਟ ਲੋ ਹੋ ਜਾਂਦੇ ਆ ਵੀਰਜ ਬਿਲਕੁਲ ਹੀ ਪਾਣੀ ਵਰਗਾ ਪਤਲਾ ਹੋ ਜਾਂਦਾ ਓਨਾਂ ਲਈ ਇਹ ਗੋਲੀ ਤੁਹਾਨੂੰ ਘਰੇ ਬਣਾਉਣੀ ਦੱਸਾਂਗੇ ਬਾਜ਼ਾਰ ਦੇ ਵਿੱਚ ਤੁਹਾਨੂੰ ਰੈਡੀ ਵੇਡ ਵੀ ਮਿਲ ਜੂਗੀ ਜੇ ਤੁਸੀਂ ਲੈਣੀ ਚਾਹੋ ਬਿਆਸ ਕੰਪਨੀ ਦੀ ਇਹ ਗੋਲੀ ਰੱਖੀ ਹੋਈ ਹੈ ਵੈਦਨਾਥ ਕਈ ਕੰਪਨੀਆਂ ਬਣਾਉਂਦੀਆਂ ਨੇ ਇਹ ਗੋਲੀ ਨੂੰ ਅਗਰ ਤੁਸੀਂ ਲੈਣੀ ਚਾਹੋ ਤਾਂ ਤੁਹਾਨੂੰ ਬਾਜ਼ਾਰ ਦੇ ਵਿੱਚ ਮਿਲ ਜੇਗੀ ਆਕਰ ਤੁਸੀਂ ਘਰ ਤਿਆਰ ਕਰ ਸਕਦੇ ਹੋ ਤਾਂ ਉਸ ਤੋਂ ਵਧੀਆ ਹੱਤ ਤੋਂ ਵਾਲੀ ਵਧੀਆ ਤੋਂ ਕੋਈ ਵੀ ਕੰਪਨੀ ਨਹੀਂ ਤਿਆਰ ਕਰਦੀ ਅਗਰ ਤੁਸੀਂ ਘਰ ਤਿਆਰ ਕਰ ਲੋ ਤੁਹਾਨੂੰ ਇਹਦੇ ਵਿੱਚ ਵਿਧੀ ਦੱਸਾਂਗੇ ਆਪਾਂ ਕਿਵੇਂ-ਕਿਵੇਂ ਤੁਸੀਂ ਤਿਆਰ ਕਰ ਸਕਦੇ ਹੋ ਕੀ ਕੀ ਇਹਦੇ ਵਿੱਚ ਸਮਾਨ ਪਊਗਾ ਟੋਟਲੀ ਤੁਹਾਨੂੰ ਇਹਦੇ ਆਪਾਂ ਦੱਸ ਸੰਗ ਵੀ ਕੀ ਪੂ ਇਹਦੇ ਵਿੱਚ ਐਕਸਟਰਾ ਕੀ ਐਡ ਕਰ ਸਕਦੇ ਹੋ ਕਈ ਵੀਰ ਚਾਹੁੰਦੇ ਹਿੰਦੇ ਆ ਵੀ ਕੁਝ ਇਹੋ ਜਿਹਾ ਐਕਸਟਰਾ ਐਡ ਹੋ ਜੇ ਜਿਸ ਨਾਲ ਗੋਲੀ ਦੀ ਪਾਵਰ ਵਾਜੇ ਅਗਰ ਕਰਨਾ ਚਾਹੋ ਤਾਂ ਕਰ ਸਕਦੇ ਹੋ ਅਗਰ ਨਹੀਂ ਕਰਨਾ ਚਾਹੋ ਤਾਂ ਨਾ ਕਰੋ 250mg ਦੀ ਤੁਸੀਂ ਤਕਰੀਬਨ ਇਹ ਗੋਲੀ ਤਿਆਰ ਕਰਨੀ ਹੁੰਦੀ ਹੈ ਬਹੁਤ ਹੀ ਵਧੀਆ ਵੀਰਜ ਸੋਦਣ ਵੱਟੀ ਨਾਮ ਤੇ ਤੁਹਾਨੂੰ ਗੁਜਾਰ ਦੇ ਵਿੱਚ ਮਿਲ ਜੇਗੀ ਆਪਣੇ ਕੋਲ ਇਹ ਪਈ ਸੀ ਬਿਆਸ ਕੰਪਨੀ ਦੀ ਤੁਹਾਨੂੰ ਇਦਾਂ ਚਾਂਦੀ ਰੰਗੀ ਜੀ ਇਹ ਗੋਲੀ ਹੁੰਦੀ ਹੈ ਤੇ 220mg ਦੀ ਗੋਲੀ ਹੁੰਦੀ ਹੈ ਸਵੇਰੇ ਸ਼ਾਮ ਇੱਕ ਤੋਂ ਦੋ ਗੋਲੀਆਂ ਤੁਸੀਂ ਦੁੱਧ ਨਾਲ ਲੈਣੀ ਆਉਂਦੇ ਨੇ ਸਵੇਰੇ ਸ਼ਾਮ ਜਾਂ ਤੁਸੀਂ ਆਪਣੇ ਵੈਦ ਜੋ ਤੁਹਾਡਾ ਨਜ਼ਦੀਕੀ ਆ ਉਹਦੀ ਸਲਾਹ ਨਾਲ ਲੈ ਸਕਦੇ ਆ ਇਹਦੇ ਵਿੱਚ ਤੁਸੀਂ ਕੀ ਕੀ ਪਾ ਕੇ ਇਹਨੂੰ ਤਿਆਰ ਕਰ ਸਕਦੇ ਹੋ ਤੁਹਾਨੂੰ ਪੂਰੀ ਵਿਧੀ ਦੱਸ ਦਿੰਦੇ ਆ ਇਹਦੇ ਵਿੱਚ ਤੁਸੀਂ ਚਾਂਦੀ ਪਸਮ ਪਾਉਣੀ ਹੈ ਬੰਗ ਪਸਮ ਪਾਉਣੀ ਹੈ ਪ੍ਰਵਾਲ ਪਿਸ਼ਟੀ ਪਾਉਣੀ ਹੈ ਸ਼ਿਲਾਜੀਤ ਪਾਉਣਾ ਜੀ ਗਲੋ 7ਵੇਂ ਦੇ ਵਿੱਚ ਤੁਸੀਂ ਪਾਉਣਾ ਹੈ ਇਹ ਸਾਰੀਆਂ ਚੀਜ਼ਾਂ ਤੁਸੀਂ ਇਹਦੇ ਵਿੱਚ ਲੈਣੀਆਂ ਨੇ 10-10 ਗ੍ਰਾਮ 10-10 ਗ੍ਰਾਮ ਦੀ ਮਾਤਰਾ ਦੇ ਵਿੱਚ ਲੈਣੀਆਂ ਨੇ ਤੇ ਕਪੂਰ ਤੁਸੀਂ ਇਹਦੇ ਵਿੱਚ ਪਾਉਣਾ ਜੀ 3 ਗ੍ਰਾਮ ਕੁਆਂਟੀਟੀ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਪਰ ਰਹੇਗਾ ਐਵੇਂ ਅਗਰ ਤੁਸੀਂ ਸਾਰੀਆਂ ਚੀਜ਼ਾਂ 10-10 ਗ੍ਰਾਮ ਲੈਣੇ ਹੋ ਤਾਂ ਕਪੂਰ ਤੁਹਾਡਾ ਇਹਦੇ ਵਿੱਚ 3 ਗ੍ਰਾਮ ਰਹੇਗਾ ਤੁਸੀਂ ਕੀ ਕਰਨਾ ਹੈ ਸ਼ਿਲਾਜੀਤ ਨੂੰ ਪਾਣੀ ਦੇ ਵਿੱਚ ਘੋਲ ਲੈਣਾ ਸਾਫ਼ ਸੁਥਰਾ ਪਾਣੀ ਹੋਵੇ ਪਾਣੀ ਦੇ ਵਿੱਚ ਘੋਲ ਕੇ ਪਸਮਾ ਪਿਸਟੀਆਂ ਉਹਦੇ ਵਿੱਚ ਪਾ ਦੇਣੀਆਂ ਨੇ ਤੁਸੀਂ ਨੇ ਚੰਗੀ ਤਰ੍ਹਾਂ ਖਰਲ ਕਰੋ ਖਰਲ ਕਰਨ ਤੇ ਜਦੋਂ ਗਾੜਾ ਹੋ ਜਾਏਗਾ 250mg ਦੀ ਤੁਸੀਂ ਇਹਦੀ ਗੋਲੀ ਬਣਾ ਸਕਦੇ ਹੋ ਚਾਂਦੀ ਦਾ ਵਰਕ ਤੁਸੀਂ ਲਗਾ ਸਕਦੇ ਹੋ ਇਹਨੂੰ ਉੱਪਰ ਦੀ ਅਗਰ ਚਾਂਦੀ ਰੰਗੀ ਗੋਲੀ ਦਿਖਾਉਣੀ ਚਾਹੋ ਜਾਂ 골ਡ ਜੁਕਤ ਬਣਾਉਣੀ ਚਾਹੋ ਤਾਂ ਉਹਦੇ ਵਿੱਚ 골ਡ ਆ 골ਡ ਦਾ ਵਰਕ ਲਗਾ ਸਕਦੇ ਹੋ ਉਹ ਕੱਫ ਥੋੜਾ ਜਿਹਾ ਮਹਿੰਗਾ ਪੈਜੇਗਾ ਬੇਸੇ ਤੁਸੀਂ ਸਵਰਨ ਵੰਗਣ ਨਾਲ ਵੀ ਇਹਨੂੰ ਕੋਟਡ ਕਰ ਸਕਦੇ ਹੋ ਜੋ ਸੋਨੇ ਰੰਗੀ ਗੋਲੀ ਦਿਖੇਗੀ ਦੇਖਣ ਚ ਅੱਛੀ ਲੱਗੇਗੀ ਅਗਰ ਜਿਹੜੇ ਵੀਰਾਂ ਨੇ ਸਿੰਪਲ ਖਾਣੀ ਹੈ ਤੁਸੀਂ ਐਦਾਂ ਹੀ ਇਹਨੂੰ ਖਾ ਸਕਦੇ ਹੋ ਸਵੇਰੇ ਸ਼ਾਮ ਇੱਕ ਤੋਂ ਦੋ ਗੋਲੀਆਂ ਤੁਸੀਂ ਖਾ ਸਕਦੇ ਹੋ ਵਿਧੀ ਸਰਲ ਹੈ ਤੁਹਾਨੂੰ ਬਣਾ ਕੇ ਵੀ ਦਿਖਾਵਾਂਗੇ ਇੱਕ ਦਿਨ ਆਪਾਂ ਇਹ ਬਹੁਤ ਅੱਛੀ ਜੋ ਗੋਲੀ ਬੰਦੀ ਹੈ ਅਗਰ ਘਰ ਤਿਆਰ ਕਰੋਗੇ ਤਾਂ ਤੁਹਾਨੂੰ ਥੋੜੀ ਜੀ ਮਹਿੰਗੀ ਪੈ ਜਾਣੀਆ ਕਿਉਂਕਿ ਸਾਰੀਆਂ ਚੀਜ਼ਾਂ ਜਿਹੜੀਆਂ 10-10 ਗ੍ਰਾਮ ਹੋ ਗਈਆਂ ਤੇ ਇੰਨੀਆਂ ਗੋਲੀਆਂ ਤੁਹਾਡੇ ਕੰਮ ਵੀ ਨਹੀਂ ਆਉਣੀਆਂ ਤੁਸੀਂ ਵਧੀਆ ਕੰਪਨੀ ਦੀ ਕਿਸੇ ਦੀ ਲੈ ਸਕਦੇ ਹੋ ਬਿਆਸ ਕੰਪਨੀ ਦਾ ਤੁਹਾਨੂੰ 50 ਗੋਲੀਆਂ ਤੁਹਾਨੂੰ 250 ਰੁਪਏ ਦੀ ਪੈ ਜਾਂਦੀਆਂ ਨੇ ਜੀ ਅਗਰ ਤੁਹਾਡਾ ਕੋਈ ਨਜ਼ਦੀਕੀ ਬੰਦਾ ਹੈ ਤੇ ਲੈਸ ਕੱਟਦਾ ਤਾਂ ਮੰਨ ਕੇ ਚਲੋ ਥੋੜਾ ਜਿਹਾ ਲੈਸ ਕੱਟ ਕੇ ਫਿਰ ਸਸਤੀ ਪੈ ਜੇ ਤਕਰੀਬਨ ਤਕਰੀਬਨ ਮੰਨ ਕੇ ਚਲੋ ਤੁਹਾਨੂੰ 220 ਘੱਟੋ ਘੱਟ ਮੰਨ ਲਓ ਵੈਸੇ 200 ਦੇ ਕਰੀਬ ਪੈ ਜਾਂਦੀ ਹੈ ਬਹੁਤ ਹੀ ਅੱਛੀ ਗੋਲੀਆਂ ਵਰਤੋ ਤੇ ਲਾਭ ਉਠਾਓ ਵੀਰਜ ਨੂੰ ਮੱਖਣ ਦੀ ਤਰ੍ਹਾਂ ਘੜਾ ਕਰ ਦੋਗੇ ਵੀਰਜ ਦੇ ਜਿੰਨੇ ਵੀ ਦੋਸ਼ ਨੇ ਇਹਦੇ ਨਾਮ ਤੋਂ ਹੀ ਆਪਾਂ ਨੂੰ ਪਤਾ ਲੱਗਦਾ ਵੀਰਜ ਸੋਧਣ ਵੱਟੀ ਵੀਰਜ ਸੁੱਧ ਹੋਊਗਾ ਸੰਦੋਸ਼ ਵੀ ਤੁਹਾਡੇ ਦੇ ਨਾਲ ਦੂਰ ਹੁੰਦੇ ਜੀ ਵੀਰਜ ਦਾ ਪਤਲਾਪਨ ਇਹਨਾਂ ਨੂੰ ਸ਼ੀਘਰ ਪਤਨ ਦੀ ਸਮੱਸਿਆ ਉਹਦੇ ਵਿੱਚ ਹੀ ਬਹੁਤ ਅੱਛਾ ਕੰਮ ਕਰਦੀ ਹੈ ਆਪਾਂ ਇਹਨੂੰ ਤਿਆਰ ਵੀ ਕਰਾਂਗੇ ਐਮਰਜੈਂਸੀ 'ਚ ਕਿਸੇ ਨੂੰ ਦੇਣੀ ਅਸੀਂ ਤਾਂ ਲਿਆ ਕੇ ਰੱਖੇ ਨੇ ਜਿਸ ਦਿਨ ਆਪਾਂ ਤਿਆਰ ਕਰਾਂਗੇ ਤੁਹਾਨੂੰ ਬਕਾਇਦਾ ਪੂਰੀ ਵੀਡੀਓ ਦੱਸਾਂਗੇ ਬਣਾ ਕੇ ਵੈਸੇ ਵੀ ਇਹ ਤੁਹਾਨੂੰ ਦੱਸ ਦਿੱਤੀ ਗਈ ਹੈ ਅਗਰ ਕੋਈ ਸਮਝ ਨਹੀਂ ਆਇਆ ਤਾਂ ਤੁਸੀਂ ਸਾਡੇ ਫੋਨ ਤੇ ਕੰਟੈਕਟ ਕਰਕੇ ਸਾਨੂੰ ਵੀਡੀਓ ਪੁੱਛ ਸਕਦੇ ਹੋ ਬੇਦੇਵੇ ਤੁਹਾਨੂੰ ਬਾਜ਼ਾਰ ਚ ਮਿਲ ਜਾਣਗੇ ਤੁਸੀਂ ਸੇਵਨ ਕਰੋ ਤੇ ਲਾਭ ਉਠਾਓ ਧੰਨਵਾਦ ਜੀ